ਕਿਹੜਾ ਏ? ਬਾਬਾ ਅੱਲਾ ਦੇ ਨਾਂ ਤੇ ਕੋਈ 10-20 ਰੁਪਈਏ ਤੇ ਦੇ ਚਾ। ਛੋਰੇ ਅਗਾਂ ਲੱਗ ਗਿਆ। ਇੱਥੇ ਬਾਹ ਜਾ ਤੇ ਹੁਣ ਮੈਨੂੰ ਦੱਸ। ਹੁਣ ਗੱਲ ਕਰ। ਕੱਲ ਦੀ ਬੁੱਕ ਹੀ ਆ, ਕੋਈ 10 ਰੁਪਈਏ ਜਾਂ 100 ਕੋਈ ਦਿਓ ਚਾ, ਮੈਂ ਰੋਟੀ ਦੀ ਬੁਰਕੀ ਖਾ ਲਈ ਸਾਂ। ਇਹ ਦੱਸੋ, ਸਿਆਣੇ ਆ ਗਏ ਨੂੰ ਜਾਂ ਮੰਗਣ ਲੱਗੇ ਆ, ਮੂੰਹ ਡੀਂਗਾ ਹੁੰਦਾ ਤੇ ਜਾਂ ਮਰਨ ਲੱਗਿਆ, ਤੇ ਅੱਲਾ ਨੈਣ ਪ੍ਰਾਣ ਦਿੱਤੇ ਹੋਏ ਹੀ ਨਹੀਂ, ਤੇ ਆ ਹੱਥ ਪੈਰ ਵੀ ਸਹੀ ਨਹੀਂ। ਇਹ ਗੱਲ ਨੂੰ ਚੰਗੇ ਨਾ ਮੰਗਿਆ ਕਰ। ਸਾਡੇ ਨਸਲਾਂ ਦੀ ਗੱਲ ਹੈ, ਸਾਡੀ ਨਸਲ ਮੰਗਦੀ ਆਈ ਹੈ ਤੇ ਬਾਬਾ ਅਸੀਂ ਕੋਈ ਨਹੀਂ ਮੰਗ ਕੇ ਖਾਵਣਾ। ਕਿੱਥੇ ਬੈਠੇ ਹੋ? ਆ ਇੱਥੇ ਪੱਖੀਆਂ ਲਾਈਆਂ ਹੋਈਆਂ 0 ਪੁਆਇੰਟ ਤੇ। ਅੱਲਾ, ਸ਼ਾਦੀ ਹੋਈ ਹੋਈ ਹੈ? ਨਹੀਂ ਹਾਲਾ ਤੇਰੇ ਜੀ ਅਜੇ ਸ਼ਾਦੀ ਕਾ ਹੀ ਨਹੀਂ ਹੋਈ। ਛੋਰੇ, ਮੈਂ ਤਾਂ ਨਾ ਭਰਾ ਰੋਲਾ ਮੁੱਕਾ, ਮੇਰਾ ਵੀ ਹੋਰ ਕੋਈ ਨਹੀਂ ਹੈ, ਤੇ ਪੁੱਤ ਤਾਂ ਭੈੜਾ ਹੀ ਕੋਈ ਨਾ। ਸ਼ਾਦੀ ਮੁੜ ਮੈਂ ਕੀਤੀ ਕੋਈ ਨਾ। ਆ ਜਿਹੜੀ ਕੋਠੀ ਤੇ ਜਦਾਤ ਹੈ ਇਹ ਮੈਂ ਦੀ ਹੈ। ਤੇ ਬਾਬਾ ਤੂੰ ਸ਼ਾਦੀ ਕੋਈ ਨਹੀਂ ਕੀਤੀ ਹੋਈ? ਨਹੀਂ, ਠਾਕ ਮਲੋਕ ਕਹਿੰਦੇ ਨਾਲ ਕਰਨੀ ਆ। ਪਠਾਣੀ ਵੀ ਲਵਾਂ ਮੁੰਡਾਰ ਤਾਂ ਹੀ ਰਹਿਣਾ, ਉਹ ਨਾ ਕੱਲ ਨੂੰ ਮੈਨੂੰ ਕਤਲ ਕਰਕੇ ਨਿਕਲ ਜਾਵੇ, ਜਾਂ ਕਾਸ਼ਾ ਕੋਈ ਜਾਨ ਕਰਕੇ ਵਗ ਜਾਵੇ। ਅੱਗੇ ਸਾਹ ਪਠਾਣੀਆਂ ਮੇਰੇ ਬਿਲਾਦਰੀ ਲਈਆਂ ਨੂੰ ਬਸ ਨੱਸ ਜਾਂਦੀਆਂ, ਤੇ ਮੇਰੀ ਮਨ ਨੂੰ ਤੇ ਪਰਾਂ ਮੇਰੇ ਨਾਲ ਸ਼ਾਦੀ ਕਰ ਲਾ। ਬਾਬਾ ਮੈਨੂੰ ਤਾਂ ਕਾਸ਼ਾ ਦੇ ਨਾ, ਮੈਂ ਤਾਂ ਹਜੇ ਭੁੱਖੀ ਆ। ਉਹ ਕਬਲੇ ਨਾ ਸਿਆਣੀ ਵਿਹੜੀ ਮੈਂ ਪਿਆ ਕਰੇ ਨਾ, ਮੈਂ ਕੀ ਇੰਗਲਿਸ਼ ਪਿਆ ਬੋਲਦਾ? ਇਸ ਗੱਲ ਨੂੰ ਮੈਂ ਸੁੱਚੇ ਸਾਂ। ਨਾ ਸੋਚੋ, ਜਿਹੜੇ ਸੋਚਦੇ ਰਹਿੰਦੇ ਨੇ ਉਹ ਕਦੀ ਨੂੰ ਪਾਰ ਟੱਪੇ। ਮੈਂ ਸੋਚ ਕੇ ਤੁਹਾਨੂੰ ਦੱਸਾਂਗੀ, ਤੁਸੀਂ ਇਹ ਜਿਹੜਾ ਗਲੀ ਗਲੀ ਮੰਗਣਾ ਹੁੰਦਾ ਨਾ, ਤਾਂ ਕੂਚਾ ਕੂਚਾ ਅੱਗਾ ਪਿੰਡਾ ਥਾਂ ਮੈਂ ਧੱਕੇ ਖਾਂਦਾ ਵਤਿਆ, ਉਹਦੇ ਨਾਲ ਬਿਹਤਰ ਰਹੀ ਸਾਦੀ ਰੋਟੀ ਖਾ। ਕੋਈ ਤਾਂ ਫਿਰ 10-20 ਰੁਪਈਏ ਦੀ ਹੋ ਚਾ, ਮੈਂ ਤਾਂ ਕਾਸ਼ ਖਾ ਲਵਾਂ, ਮੈਨੂੰ ਤਾਂ ਭੁੱਖ ਲੱਗੀ ਹੋਈ। ਦਾ ਨਾਲ ਕਿਹਦੇ ਭੁੱਖ ਲੈਂਦੀ, ਮੈਂ ਜੋ ਤੇਰਾ ਸੋਚੀ ਬੈਠਾ। ਉਹ ਜੇ ਸਹਿ ਗਿਆ ਪਰੇਸ਼ਾਨ ਨਾ ਹੋ, ਵਿਸ਼ਕ ਦੀ ਸੋਚ ਲਾ। ਚਲੋ ਮੈਂ ਸੋਚ ਕੇ ਦੱਸੇ ਸਾਂ ਤੁਹਾਨੂੰ। ਹੋਵੇ ਨਾ ਬੁੱਢੜਾ ਜਿਹਾ ਹੈ, ਇਹਨੇ ਮੈਨੂੰ ਕਰਨਾ ਕੀ? ਕਿੱਡੀ ਕੋਠੀ ਹੈ ਵੱਡੀ, ਸਾਰੇ ਇਹੀ ਉਹਦੇ ਤੇ ਮਖਾਬਾਂ 'ਚ ਵੀ ਨਾ ਹੀ ਵੇਖੀ ਜਿਹੜੀ ਮੈਨੂੰ ਮਿਲਦੀ ਪਈ। ਇਹਦਾ ਕੀ ਹੈ, ਪਤਾ ਨਹੀਂ 4 ਦਿਹਾੜੇ ਜੀਵੇ ਕੇ 5 ਦਿਹਾੜੇ। ਚਲੋ ਹਾਂ ਕਰ ਹੀ ਲੈਂਦੀ ਹਾਂ।
ਬਾਬਾ ਮੈਨੂੰ ਮਨਜ਼ੂਰ ਹੈ, ਮਕਰੇਨੀ ਹੈ ਨਿਕਾਹ ਤੇਰੇ ਨਾਲ। ਇਹ ਭਲਾ ਹੋਵੇ। ਚਲੋ ਮੇਰੀ ਵੀ ਗੁੱਲੀ ਪੱਕਦੀ ਰਹਿਸੀ ਤੇ ਤੇਰਾ ਵੀ ਸਰਦਾ ਰਹਿਸੀ। ਸਹੀ ਹੈਂ ਯਾਰ ਸ਼ਾਹ ਅਮਨ ਦੀ ਹੈ, ਸੁੱਖ ਲਾਓ ਤੇ ਐਂ ਟਹਿਲਦੀ ਬਾਤ ਤੋਂ। ਅੱਜ ਮੈਂ ਮੋਰਨੀਆਂ ਨਹੀਂ ਟੁਰਦੀਆਂ, ਪੂਰੇ ਵਿਹੜੇ 'ਚ ਬਣੀ ਬਾਤ ਤੋਂ। ਹਰਸ਼ਦ ਤੇਰੀ ਹੈ। ਚਲੋ ਠੀਕ ਹੈ। ਓਏ ਭਾਵੇਂ ਮੰਗਣ ਵਾਲੀ ਵੀ ਹੈ ਨਾ, ਟੂਪ ਟਾਪ ਸਾਰੀ ਰੱਖਣੀ ਹੈ। ਉੱਥੇ ਮੈਨੂੰ ਕਿਸੇ ਸੂਟ ਦਿੱਤਾ ਹੈ ਤੇ ਮੈਂ ਪਾਈ ਵਧੀ। ਹੁਣ ਕਿਹੜਾ ਮੰਗਣਾ, ਹੁਣ ਤੈਨੂੰ ਸੂਟ ਹੋ ਲੈ ਦੱਸਾਂ ਜਿਹੜੇ ਤੇਰੇ ਸੋਚ ਅੱਛੀ ਨਾ ਹੋਵੇ। ਭਲਾ ਹੋਵੇ ਜਿਹੜਾ ਸਹਾਰਾ ਪਿਆ ਦਿੰਦਾ। ਇੱਧਰ ਵੇਖਣ ਇਕੱਲਾ ਮੂੰਹ, ਅੱਗੇ ਹੈ ਗੁਸਲਖਾਨੇ ਡੱਠਾ ਤੇ ਟੂਟੀ ਲੱਗੀ ਹੈ ਤੇ ਆ ਵੇਖ ਲਾ ਖੂਨ ਆ ਗਿਆ। ਹੁਣ ਇਹ ਜ਼ਿੰਦਗੀ ਦਾ ਸਾਥੀ ਤਾਂ ਹੈ ਨਾ, ਡੱਠੇ ਡਿੱਗੇ ਨੂੰ ਕੋਈ ਚਾਵਣ ਵਾਲਾ ਆਉਂਦੇ ਨਹੀਂ, ਇਨਸ਼ਾਅੱਲਾ ਕਿਸੇ ਤੱਕ ਕੋਈ ਹੋਵੇ। ਜੀ ਆ ਆ ਤੈਨੂੰ ਕਮਰੇ ਵਿਖਾਵਾਂ ਤੇ ਹਰ ਸ਼ਾਦੀ ਸੌਪਣੀ ਕਰਾਂ। ਚਲ ਇਹ ਭਲਾ ਹੋ, ਅੱਲਾ ਰਾਜ਼ੀ ਹੁਸੈ, ਇਹ ਭਲਾ ਹੋਵੇ। ਵਾਹ ਮੇਰਾ ਸੋਹਣੇ ਅੱਲਾ, ਸਾਰੀ ਜ਼ਿੰਦਗੀ ਨਾ ਮੇਰਾ ਹੋਇਆ, ਹੁਣ ਤਾਂ ਰੁੱਕੇ ਤੇ ਹੋ ਗਿਆ। ਆਈ ਦੇ ਆ ਕਮਰਾ ਜੀ। ਮਾਸ਼ਾਅੱਲਾ ਬਾਬਾ ਕਿੱਡਾ ਸੋਹਣਾ ਘਰ ਹੈ ਤੇਰਾ। ਅਜੇ ਕੀ ਵੇਖਿਆ ਤੂੰ ਬੁੱਢੜੇ ਦਾ, ਅਜੇ ਵੇਖਿਆ ਕੀ ਹੈ ਇੱਧੇ ਇਸ ਕੋਠੇ ਛਾ ਮਾਂ ਆਈ, ਉਹ ਜਿਹੜੀ ਕਿਚਨ ਹੁੰਦੀ ਹਾਂ, ਆ ਸਾਰੇ ਬਰਤਨ ਪਏ ਨੇ, ਆ ਚੁੱਲ੍ਹਾ ਹੀ ਗਏ ਸਾਲਾ। ਵੇਖ ਐਡੇ ਸੋਹਣੇ ਛਾਬੇ ਨੇ ਤੇ ਹੀਰ ਦੇ ਵੀ ਨਾ ਹਨ। ਹੁਣ ਤਾਂ ਬਾਬਾ ਮੈਂ ਖਾਬਾਂ ਚ ਕੋਈ ਨਾ ਹੀ ਵੇਖਿਆ ਹੀ ਹੋ ਜਿਆ ਬਾਹਰ। ਅਜੇ ਤਾਂ ਪੂਰਾ ਬਾਬਾ ਵੇਖਿਆ ਕਿ ਦੂ ਆ ਵੇਖ, ਮੈਂ ਤਾਂ ਘਰ ਰੱਖਿਆ ਹੈ। ਲੈ ਆ ਬੈਗ ਪਈ, ਇਹਦੇ 'ਚ ਆਪਣੇ ਕੱਪੜੇ ਛੱਪੜੇ ਰੱਖੀ ਤੇ ਤੈਨੂੰ ਨਾ ਇੱਕ ਅੱਧੀ ਸ਼ਾਇਦ ਮੈਂ ਨੁਕਰਾਣੀ ਵੀ ਰੱਖ ਦੇਵਾਂ। ਹਲਾ ਬਾਬਾ ਤਾਂ ਹੁਣ ਜਵਾਨ ਪੁੱਛੋ ਰੇ। ਆ ਮੇਰਾ ਕਮਰਾ ਹੀ, ਆ ਸਾਹਮਣੇ ਪਈ ਬੈਡ। ਮੈਂ ਵੀ ਬਾਬਾ ਤੇਰਾ ਕਮਰਾ, ਹਾਂ ਮੈਂ ਵੀ ਇੱਥੇ ਸੋਣਾ ਤੇ ਤੂੰ ਵੀ ਤੇ ਰਲ ਕੇ ਪਾਣੀ ਆ ਜੱਫੀ। ਹੈਂ ਉਹ ਰਾਗਾ ਹੁਣ ਆ ਗਈ ਹੈ, ਇੱਕ ਖੁੰਡੀ ਬਣਵਾਣੀ ਹੈ ਇਸ ਤੱਕ ਦੀ, ਮੈਨੂੰ ਮੂੰਹ ਪਰ ਨਿਢਾਣਾ ਹੈ ਇਸ। ਇਹ ਤਾਂ ਤਿਲਕ ਦਾ ਹੀ ਬਹੁ ਹੈ। ਬਾਬਾ ਤੇਰਾ ਕੋਈ ਫੋਨ ਆਉਂਦਾ ਪਏ। ਓਏ ਹੁਣ ਮੈਂ ਕਹਿੰਦੇ ਫੋਨ ਸੁਣਨੇ, ਹੁਣ ਤੂੰ ਆ ਗਈ ਹੈ ਫੋਨ ਗਏ, ਹੁਣ ਤੈਨੂੰ ਦੇ ਛੱਡਣਾ। ਆਇਆ ਗੇਰੇ ਹੋ ਜਾ। ਕਾਸ਼ਾ ਚੰਗੀ ਲੱਗੀ ਆਈ? ਮਾਸ਼ਾਅੱਲਾ ਬਹੁਤ ਸੋਹਣੀ ਹੈ, ਬਹੁਤ ਪਸੰਦ ਆਇਆ ਮੈਨੂੰ ਘਰ ਤੁਹਾਡਾ। ਹੈਲਾ ਜੀ ਆ, ਕੋ ਮੈਂ ਵੀ ਪਸੰਦ ਆਇਆ ਹੂੰ। ਹਾਂ
ਤੁਸੀਂ ਪਸੰਦ ਆਏ। ਇਹ ਭਲਾ ਹੋਵੇ, ਮੇਰਾ ਪਿਛਲਾ ਪਾਰਾ ਸੌਖਾ ਕੀਤੇ ਤੋਂ ਵੀ ਸੌਖਿਆ ਹੋ ਜਾਣਾ। ਇੱਥੇ ਪਿਆ ਪਰਾ ਸੌ, ਉਹਦੇ 'ਚ ਪੈਸੇ ਸ਼ੈਸੇ ਕਾਸ਼ਾ ਲੈਣੀ ਹੋ ਵੀ ਤਾਂ ਮੈਂ ਸਾਂ ਵੀ ਜਾਂਦਾ। ਆ ਬਾਬਾ ਤੇ ਕਿਹੜੇ ਪਰਸੇ ਚ ਪੈਸੇ ਪਾਏ ਹੋਏ ਪਿਆਨਾ? ਓਏ ਬਾਬਾ ਬੂਬਾ ਹੁਣ ਨਾ, ਇਹ ਸਦਿਆ ਕਰ ਛੜਾ ਮੰਮਾ ਦਾਦੂ ਦਾ ਨਾਰਾ, ਬਾਬੇ ਵਾਲੀ ਹੁਣ ਗੱਲ ਵਗ ਗਈ। ਤੇਰਾ ਨਾਮ ਮੰਮਾ ਹੈ? ਹਾਂ। ਅਲਾ ਮੰਮਾ ਕਿਹਦੇ ਪੈਸੇ ਰੱਖੇ ਨੇ? ਓਏ ਆ ਇੱਥੇ ਸਿਰਾਣੇ, ਆ ਇੱਥੇ ਜਿਸੇ ਮੇਰੇ ਕੋਲ ਪਈ ਹੋ ਨਾ, ਹਾਂ ਆ ਹੱਥ ਮਰੇ ਹੋਈ ਹਾਂ ਹਰ ਸ਼ਾ ਇੱਥੇ ਜਾ ਜਸੇ। ਅਲਾ ਤੇ ਓਏ ਹਰ ਸ਼ਾ ਤੈਂ ਦੀਏ ਉੱਤੋਂ ਵਹਿੰਦੀ ਪਈ ਜਿਵੇਂ ਛੱਤ ਪਈ ਜਾਂਦੀ ਤੇਰੇ ਉੱਤੇ। ਨਹੀਂ ਮੈਂ ਘਰ ਪਹਿਲੀ ਵਾਰੀ ਪਹਿਲੀ ਵਾਰੀ ਹੁਣ ਦੂਜੀ ਤੀਜੀ ਵਾਰੀ ਵੀ ਹੋ ਜਾਸ। ਜਿਹੜਾ ਨਾ ਘੋਟ ਪਾਣੀ ਦਾ ਚਿਵਾ ਮੈਂ ਆ ਨਾ ਮੋੜ ਮੈਂ ਇੱਥੇ ਰਾਜ਼ੀ ਆ ਮੈਂ ਤੇ। ਚਲੋ ਪਿਵਾ ਦੇਣੀ ਹਾਂ ਪਵਾਈਨੀ। ਤੈਨੂੰ ਇਹ ਬੜੀ ਤਰੇਹ ਲੱਗੀ ਖਲੋਤੀ, ਤੇਰਾ ਮੈਂ ਇਲਾਜ ਕਰਕੇ ਆ ਗਈ। ਤੈਨੂੰ ਤਾਂ ਹੁਣ 3 ਘੰਟੇ ਹੋਸ਼ ਕੋਈ ਨਹੀਂ ਆਵਣੀ, ਤੂੰ ਤਾਂ ਹੁਣ ਨਿੱਘੀਆਂ ਸਵੇਂਗਾ ਇੱਥੇ। ਤੂੰ ਬੜਾ ਸ਼ਾਦੀਆਂ ਕਰੇ ਨਾ, ਤੇਰੀ ਤਾਂ ਹਰ ਸ਼ਹਿ ਮਿਲਾ ਕੇ ਜਾ ਸਕ ਤੂੰ। ਉਹ ਕਿਤੇ ਵਗ ਗਈ ਏ ਬੜੀ, ਹੁਣ ਤਾਂ ਐਵੇਂ ਜੱਟ ਦਾ ਜੱਟ ਉੱਡੇ ਰੋਵੇ ਨਾ, ਹਨੇਰਾ ਜਿਹਾ ਹੋ ਜਾਂਦਾ। ਹੁਣ ਤੇ ਬਾਬਾ ਉੱਠ ਜਾ, ਇੱਥੇ ਪਾਣੀ ਰੱਖ ਕੇ ਮੈਨੂੰ ਥੋੜ੍ਹਾ ਜਿਹਾ ਆਸਰਾ ਦੇ ਚਾ। ਬਾਬਾ ਵੀ ਬਹੁਤ ਫਰਕੇ ਜੀ ਹੈ। ਇਹ ਭਲਾ ਉਹ ਸਹੀ ਆਂਦੇ ਨੇ ਸਹਾਰੇ ਦੀ ਲੋੜ ਹੁੰਦੀ ਹੈ। ਆਈ ਲਾ ਪਾਣੀ। ਹਾਂਜੀ ਅੱਲਾ ਜਾਣੇ ਦਾ ਬਹੁ ਪਿਆਰੀ, ਤੈਨੂੰ ਵੀ ਮੇਰੇ ਨਾਲ ਕੋਈ ਜੋੜ ਛੋੜ ਹੁੰਦਾ ਜਾਂਦਾ ਕਿ ਕੋਈ ਨਾ ਹੁੰਦਾ ਜਾਂਦਾ? ਪਾਣੀ ਪੀਵੋ। ਚਲ ਸ਼ਾਮ ਪਵੋ, ਨੀਂਦਰ ਆਈਏ। ਆਈ ਦੇਖੇ ਮਾਰ ਇਹ ਤੇ ਹੁਣ ਕੁੰਜੀ ਗਿਆ।
ਹੁਣ ਆਪਣਾ ਕੰਮ ਕਰਨੀ, ਬੜੇ ਮੈਂ ਰੱਖੀ ਵਾਦਾ।